ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਤਨਾਮ ਧਾਲੀਵਾਲ ਗਲੋਬਲ ਐਸ ਵੀਜ਼ਾ ਐਂਡ ਇਮੀਗ੍ਰੇਸ਼ਨ ਕੋਟਕਪੁਰਾ ਤੋਂ ਆਪਣੇ ਚੈਨਲ ਐਸ ਧਾਲੀਵਾਲ ਵਲੌਗ 'ਤੇ ਤੁਹਾਡਾ ਸਵਾਗਤ ਕਰਦਾ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ, ਤੰਦਰੁਸਤ ਹੋਵੋਗੇ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹੋਵੋਗੇ। ਅੱਜ ਆਪਾਂ ਨਾ ਤੁਹਾਡੇ ਨਾਲ ਇੱਕ ਰਿਫਿਊਜ਼ਲ ਸ਼ੇਅਰ ਕਰਨੀ ਹੈ ਅਤੇ ਉਸ ਤੋਂ ਪਹਿਲਾਂ ਮੈਂ ਗੱਲ ਕਰਦਾ ਕਿ ਉਸ ਵੀਰ ਨੇ ਮੈਨੂੰ ਇਹ ਗੱਲ ਕਹੀ, ਵੀਰ ਕਹਿੰਦਾ ਕਿ ਯਾਰ ਮੈਂ ਨਾ ਆਪਣੀ ਫਾਈਲ ਲਾਉਣ ਦੇ ਵਿੱਚ ਕਾਹਲੀ ਬਹੁਤ ਕੀਤੀ, ਕਿਉਂਕਿ ਉਹਦੇ ਵਾਈਫ ਗਏ ਸੀਗੇ, ਉਹਦੇ ਵਾਈਫ ਗਏ ਨੂੰ ਸਿਰਫ ਇੱਕ ਮੰਥ ਹੋਇਆ ਸੀ ਅਤੇ ਉਹ ਕਹਿੰਦਾ ਕਿ ਮੈਂ 3-4 ਕੰਸਲਟੈਂਟਸ ਕੋਲ ਗਿਆ ਹੈ ਨਾ, ਅਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਕੋਈ ਗੱਲ ਨਹੀਂ, ਬਸ ਤੇਰੀ ਵਾਈਫ ਚਲੀ ਗਈ, ਤੂੰ ਜਾ। ਅਤੇ ਉਹਦੇ ਲਾਈਕ ਮੈਂ ਕੈਪਸ਼ਨ ਨੋਟ ਵੀ ਤੁਹਾਡੇ ਨਾਲ ਜਿਹੜੇ ਹੈਗੇ ਤੁਹਾਨੂੰ ਮੈਂ ਦੱਸੂੰਗਾ ਹੈ ਨਾ ਕਿ ਉਹਦੇ ਵਿੱਚ ਕੀ ਰੀਜ਼ਨਸ ਆਇਆ ਹੈਗਾ। ਅਤੇ ਉਹ ਕਹਿੰਦਾ ਕਿ ਮੈਨੂੰ ਯਾਰ ਕਿਤੇ ਨਾ ਕਿਤੇ ਲੱਗਦਾ ਕਿ ਮੈਨੂੰ ਨਾ ਮੇਰੀ ਕਾਹਲੀ ਲੈ ਕੇ ਬੈਠ ਗਈ, ਅਤੇ ਮੈਨੂੰ ਕਹਿੰਦਾ ਇਸ ਚੀਜ਼ ਦੀ ਮੇਰੇ ਮਾਇੰਡ ਦੇ ਵਿੱਚ ਹੁੰਦਾ ਸੀ ਕਿ ਮੈਂ ਨਾ ਲਾਈ, ਲੋਕਾਂ ਨਾਲ 7 ਮਹੀਨੇ ਹੋ ਗਏ, 8 ਮਹੀਨੇ ਹੋ ਗਏ, 10 ਮਹੀਨੇ ਹੋ ਗਏ, ਸਾਲ ਹੋ ਗਿਆ, ਰਿਜ਼ਲਟ ਨਹੀਂ ਆ ਰਿਹਾ, ਕਿਤੇ ਮੈਨੂੰ ਵੀ ਨਾ ਇੰਨਾ ਟਾਈਮ ਲਮਕਣਾ ਪੈ ਜਾਵੇ, ਕਿਉਂਕਿ ਯਾਰ ਨੈਗੇਟਿਵਿਟੀ ਜਿਹੜੀ ਹੁੰਦੀ ਹੈ ਮਾਇੰਡ ਦੇ ਵਿੱਚ ਬੰਦੇ ਦੇ ਆ ਜਾਂਦੀ ਹੈ। ਸੋ ਉੱਥੇ ਗੱਲ ਯਾਦ ਆਉਂਦੀ ਹੈ ਕਿ ਭਗਵਾਨ ਗੌਤਮ ਬੁੱਧ ਕਹਿੰਦੇ ਹੁੰਦੇ ਨੇ ਕਿ ਜਿਵੇਂ ਤਲਾਬ ਦਾ ਪਾਣੀ ਕਦੇ ਗੰਦਾ ਹੋ ਜਾਣਾ, ਉਹਨੂੰ ਆਪਾਂ ਥੋੜ੍ਹਾ ਟਾਈਮ ਦੇ ਦਈਏ ਤਾਂ ਉਹਦੇ ਵਿੱਚ ਗੰਦਗੀ ਜਿਹੜੀ ਹੁੰਦੀ ਹੈ ਨੀਚੇ ਬੈਠ ਜਾਂਦੀ ਹੈ, ਉੱਪਰੋਂ ਉੱਪਰੋਂ ਪਾਣੀ ਨੂੰ ਪੁਣ ਕੇ ਚਾਹੇ ਤੁਸੀਂ ਪੀ ਲਓ, ਉਹ ਆਪਾਂ ਨੂੰ ਸ਼ੁੱਧ ਮਿਲੂਗਾ। ਸੇਮ ਉਸੇ ਤਰੀਕੇ ਨਾਲ ਸਮਾਂ ਦੇ ਦਿੰਦੇ ਹਾਂ ਨਾ ਆਪਾਂ, ਆਪਾਂ ਅਗਰ ਨੈਗੇਟਿਵਿਟੀ ਆਪਣੇ ਮਨ ਦੇ ਵਿੱਚ ਆਉਂਦੀ ਆ, ਅਗਰ ਆਪਾਂ ਉਸ ਚੀਜ਼ ਨੂੰ ਸਮਾਂ ਦਿੰਦੇ ਹਾਂ, ਠੀਕ ਹੈ ਜੀ, ਅਤੇ ਸਮਾਂ ਦੇਣ ਦੇ ਨਾਲ ਕੀ ਆ, ਨੈਗੇਟਿਵਿਟੀ ਜਿਹੜੀ ਨੀਚੇ ਬੈਠ ਜਾਂਦੀ ਹੈ ਅਤੇ ਉਸ ਤੋਂ ਮੁੜ ਕੇ ਪੋਜ਼ਿਟਿਵਿਟੀ ਜਿਹੜੀ ਹੁੰਦੀ ਆ ਉਹ ਆਪਣੇ ਵਾਸਤੇ ਚੰਗੀ ਹੁੰਦੀ ਆ, ਆਪਣੀ ਲਾਈਫ ਵਾਸਤੇ ਜਿਹੜੀ ਪੋਜ਼ਿਟਿਵਿਟੀ ਹੁੰਦੀ ਆ ਉਹ ਚੰਗੀ ਹੁੰਦੀ ਆ। ਇਸ ਵੀਰ ਨੂੰ ਜਿਹੜਾ ਰੀਜ਼ਨ ਦਿੱਤਾ ਗਿਆ ਮੇਨ, ਇਸ ਵੀਰ ਦਾ ਜਿਹੜਾ ਰਿਫਿਊਜ਼ਲ ਦਾ ਰੀਜ਼ਨ ਆ, ਉਹੀ ਜੋ ਯੂਜ਼ਲੀ ਸਭ ਤੋਂ ਵੱਧ ਵੱਡੀ ਦਿੱਕਤ ਹੁੰਦੀ ਆ, ਫੰਡਸ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਇਸ ਵੀਰ ਨਾਲ ਗੱਲ ਕੀਤੀ, ਇਹਦੀ ਪ੍ਰੋਫਾਈਲ ਨੂੰ ਦੇਖਿਆ ਤਾਂ ਉਹ, ਅਗਰ ਆਪਾਂ ਇਸ ਚੀਜ਼ ਨੂੰ ਇੱਕ ਜੈਨੂਅਨ ਤਰੀਕੇ ਦੇ ਨਾਲ, ਇੱਕ ਐਜ਼ ਆ ਆਪਾਂ ਗੱਲ ਕਰ ਲਈਏ ਕਿ ਅੱਛੀ ਪ੍ਰੋਫਾਈਲ ਦੇ ਤਰੀਕੇ ਨਾਲ ਪੇਸ਼ ਕਰਨਾ ਹੋਵੇ ਤਾਂ ਬਹੁਤ ਅੱਛਾ, ਕਿਉਂਕਿ ਵੀਰ ਦੇ ਨਾਮ ਦੇ ਉੱਪਰ ਜਿਹੜਾ ਹੈਗਾ 2.5 ਏਕੜ ਪੈਲੀ ਆ ਜੀ, ਠੀਕ ਹੈ ਜੀ, 2-1.5 ਏਕੜ ਪੈਲੀ ਆ ਜਿਹਦੀ ਕਿ ਇਨਕਮ ਉਹਨੂੰ ਲੀਜ਼ ਤੋਂ ਆਉਂਦੀ ਹੈ, ਦੈਟ ਮੀਨਸ ਉਹਨੇ ਆਪਣੀ ਪੈਲੀ ਠੇਕੇ 'ਤੇ ਦਿੱਤੀ ਹੋਈ ਆ, ਸੋ ਉਹਨੂੰ ਰੈਂਟਲ ਇਨਕਮ ਆ ਰਹੀ ਆ। ਔਨ ਦੀ ਅਦਰ ਹੈਂਡ ਜਿਹੜਾ ਇਸ ਬ੍ਰਦਰ ਦਾ ਹੈਗਾ ਜੀ, ਇਹਨੇ ਆਪਣਾ ਇੱਕ ਬਿਜ਼ਨਸ ਸ਼ੋਅ ਕੀਤਾ ਹੋਇਆ ਜਿਹਦੇ ਵਿੱਚ ਇਹ ਇਲੈਕਟ੍ਰੋਨਿਕਸ ਦੀਆਂ ਆਈਟਮ ਸੇਲ ਕਰਦਾ, ਲਾਈਕ ਜਿਹਦੇ ਵਿੱਚ ਹੋ ਗਿਆ ਟੀ ਵੀ ਹੋ ਗਿਆ ਜਾਂ ਛੋਟੇ ਛੋਟੇ ਲਾਈਕ ਟੀ ਵੀ ਪ੍ਰਿੰਟਰ ਕੰਪਿਊਟਰ ਪਾਰਟਸ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਨੇ ਆਪਣੀ ਉਹ ਸੇਲ ਦੀ ਆਪਣੀ ਸ਼ੋਪ ਸ਼ੋਅ ਕੀਤੀ ਹੋਈ ਆ ਵਿਦਾਊਟ ਜੀ ਐਸ ਟੀ ਨੰਬਰ, ਲਾਈਕ ਕੀ ਆ ਕਿ ਸਿਰਫ ਆਪਣਾ ਬਿਜ਼ਨਸ ਕਰਦੇ ਨੇ ਇੱਕ ਸਮਾਲ ਲੈਵਲ 'ਤੇ, ਸਮਾਲ ਸਕੇਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮੀਡੀਅਮ ਇੰਟਰਪ੍ਰਾਈਜ਼ ਦਾ ਇੱਕ ਬਿਜ਼ਨਸ ਇਹਨਾਂ ਦਾ। ਸੋ ਉਹਦੇ ਵਿੱਚ ਇਹਨਾਂ ਦੇ ਹੋਈ ਗੱਲ ਕਿ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੋਈ ਕਿ ਇਹਨਾਂ ਨੇ ਆਪਣੀ ਫਾਈਲ ਲਗਾਉਣ ਦੇ ਵਿੱਚ ਜਿਹੜੀ ਕੀਤੀ ਆ ਕਾਹਲੀ, ਕਿਉਂ ਜੀ, ਕਿਉਂਕਿ ਵਾਈਫ ਗਏ ਉਸ ਤੋਂ 1 ਮੰਥ ਦੇ ਵਿੱਚ ਇਹਨਾਂ ਨੇ ਆਪਣੀ ਫਾਈਲ ਲਗਾ ਦਿੱਤੀ। ਉਹ ਕਹਿੰਦਾ ਕਿ ਮੈਂ ਕਿਸੇ ਨਾਲ ਕੰਸਲਟ ਕੀਤਾ, ਜਿਹੜੇ ਮੇਰੇ ਕੰਸਲਟੈਂਟ ਨੇ ਮੇਰੀ ਫਾਈਲ ਲਗਾਈ ਕਿ ਮੇਰੇ ਵਾਈਫ ਇੱਥੇ ਸੀ, ਗਾਹੋਂ ਕੰਸਲਟੈਂਟ ਨੇ ਵੀ ਆਪਣੀ ਗੱਲ ਜਿਵੇਂ ਕਹਿੰਦੇ ਹੁੰਦੇ ਆ ਕਿ ਉਹਨਾਂ ਨੇ ਵੀ ਆਪਣਾ ਇਸ ਗੱਲ 'ਤੇ ਖਹਿੜਾ ਛੁਡਾ ਲਿਆ ਕਿ ਮੈਨੂੰ ਮੱਥਾ ਨਾ ਮਾਰਨਾ ਪਵੇ। ਉਹ ਕਹਿੰਦੇ ਕਿ ਕੁਛ ਨਹੀਂ ਹੁੰਦਾ ਜੀ, ਤੁਸੀਂ ਆਪਣੀ ਰੈਂਟਲ ਇਨਕਮ ਲੈਂਦੇ ਹੋ ਅਤੇ ਉਹ ਤਾਂ ਤੁਸੀਂ 2.5 ਕਿੱਲੇ ਤੁਹਾਡੇ ਕੋਲ ਪੈਲੀ ਹੈਗੀ ਆ, ਤਾਂ ਤੁਸੀਂ ਕੋਈ ਗੱਲ ਨਹੀਂ 5 ਲੱਖ ਰੁਪਇਆ ਉਹਨਾਂ ਤੋਂ ਪਵਾ ਲਓ, ਠੇਕੇ ਵਾਲਿਆਂ ਤੋਂ ਆਪਣੇ ਤੋਂ ਜਿਹੜੀ ਲੀਜ਼ ਡੀਡ ਬਣਾਈ ਹੋਈ ਹੈ, 5 ਲੱਖ ਪਵਾ ਲਓ, ਅਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਮੈਂ 2 ਸਾਲ ਵਾਸਤੇ ਜਾਂ 3 ਸਾਲ ਵਾਸਤੇ ਆਪਣੀ ਜ਼ਮੀਨ ਦਿੱਤੀ ਹੈ, ਸਾਰੇ ਪੈਸੇ ਮੈਂ ਪਹਿਲਾਂ ਲੈ ਲਏ, ਠੀਕ ਹੈ ਜੀ, 5 ਲੱਖ ਰੁਪਇਆ ਉਹਦੇ ਅਕਾਊਂਟ 'ਚ ਉਹ ਪਾਇਆ ਜੀ। ਉਸ ਤੋਂ ਬਾਅਦ ਕਹਿੰਦੇ ਕਿ ਤੁਸੀਂ ਇਹ 5 ਲੱਖ ਰੁਪਇਆ ਪਾਇਆ ਹੈਗਾ ਅਤੇ ਨਾਲ ਦੀ ਨਾਲ ਤੁਸੀਂ ਕੀ ਕਰਨਾ ਜੀ, ਆਪਣੇ ਬਿਜ਼ਨਸ ਦਾ ਕਿ ਠੀਕ ਹੈ, ਅਗਰ ਕੋਈ ਟੀ ਵੀ ਸੇਲ ਕਰਦੇ ਆ, ਕੁਛ ਵੀ ਕਰਦੇ ਆ, ਤਾਂ ਕਿਸੇ ਫਰਮ ਨੂੰ ਹੋਲਸੇਲ ਦੇ ਵਿੱਚ ਸ਼ੇਅਰ ਕਰ ਦਿਉ, ਦੈਟ ਮੀਨਸ ਤੁਸੀਂ ਉਹ ਫਰਮ ਨੂੰ ਹੋਲਸੇਲ ਦੇ ਵਿੱਚ ਸੇਲ ਕਰ ਦਿਉ, ਉਹਨਾਂ ਤੋਂ 2.5 ਲੱਖ ਰੁਪਇਆ 2-2.5 ਲੱਖ ਰੁਪਇਆ ਪਵਾ ਲਓ, ਤੁਹਾਡੇ ਅਕਾਊਂਟ 7.5 ਲੱਖ ਰੁਪਇਆ ਹੋ ਗਿਆ ਜੀ, ਤੁਹਾਡੇ ਫੰਡ ਜੈਨੂਅਨ ਆ, ਇਹਨੂੰ ਆਪਾਂ 1-2 ਮਹੀਨੇ 3 ਮਹੀਨੇ ਪੁਰਾਣੇ ਕਰਾਂਗੇ। ਤਾਂ ਵੀਰ ਕਹਿੰਦਾ ਕਿ ਉਸ ਕੰਸਲਟੈਂਟ ਨੇ ਕੀ ਕੀਤਾ ਜੀ ਕਿ ਮੇਰੇ ਕਹਿੰਦਾ ਵਾਈਫ ਮੇਰੇ ਇੱਥੇ ਸੀਗੀ ਹਜੇ, ਉਹਨਾਂ ਨੇ ਜਾਣਾ ਸੀਗਾ 1 ਮੰਥ ਤੱਕ, ਕਹਿੰਦਾ ਮੈਂ ਉਦੋਂ ਉਹਨਾਂ ਦੇ ਕਹਿਣ ਦਿੱਤੇ ਮੈਂ ਆਪਣੇ ਫੰਡ ਪਾ ਲਏ, ਉਸ ਤੋਂ ਮੁੜ ਕੇ ਮੈਂ ਕਹਿੰਦਾ ਜੀ 1 ਰੁਪਇਆ ਨਹੀਂ ਉਸ ਫੰਡ ਦੇ ਵਿੱਚੋਂ ਕਢਾਇਆ, ਹਾਲਾਂਕਿ ਥੋੜ੍ਹੇ ਬਹੁਤ ਮੈਂ 20-25 ਹਜ਼ਾਰ ਰੁਪਇਆ ਬਸ ਪਾ ਲਿਆ ਕਰਾਂ, ਉਹਨੂੰ ਕਢਾ ਲਿਆ ਕਰਾਂ, ਉਨੇ ਕੁ ਵਰਤ ਲਿਆ ਕਰਾਂ, ਠੀਕ ਹੈ, ਇੰਨੇ ਕੁ ਨੂੰ ਕਹਿੰਦਾ ਮੈਂ ਆਈ ਚਲਾਈ ਰੱਖੀ ਆਪਣੀ ਫਾਈਲ ਦੇ ਐਂਡ ਦੇ ਰਿਜ਼ਲਟ ਆਉਣ ਤੱਕ, ਕਹਿੰਦਾ ਮੈਂ ਬਸ ਵੱਧ ਤੋਂ ਵੱਧ ਕਹਿੰਦਾ ਮੇਰੀ 30-35 ਹਜ਼ਾਰ ਦੀ ਆਈ ਚਲਾਈ ਸੀ, ਉਨੇ ਕੁ ਜਮ੍ਹਾਂ ਕਰਾ ਲੈਂਦਾ ਸੀ, ਉਨੇ ਕੁ ਕਢਾ ਲੈਂਦਾ ਸੀ ਕਹਿੰਦਾ ਮੈਂ, ਅਤੇ ਬਟ ਕੰਸਲਟੈਂਟ ਨੇ ਕੀਤਾ ਕਿ 5 ਲੱਖ ਰੁਪਇਆ ਮੇਰਾ ਉਹ ਐਡ ਕੀਤਾ, ਬਸ ਕੋਈ ਮੇਰਾ ਲੀਜ਼ ਐਗਰੀਮੈਂਟ ਨਹੀਂ ਲਾਇਆ ਜੀ, ਉਹਦੇ ਵਿੱਚ ਕੁਛ ਨਹੀਂ ਕੀਤਾ, ਸਿਰਫ ਬਸ ਉਹਨਾਂ ਤੋਂ ਇੱਕ ਠੇਕੇ ਵਾਲਿਆਂ ਤੋਂ ਇੱਕ ਇਹ ਚੀਜ਼ ਲਿਖਵਾ ਲਈ, ਉਹ ਵੀ ਨੋਰਮਲ ਇੱਕ ਪੇਪਰ ਦੇ ਉੱਪਰ ਕਿ ਹਾਂਜੀ ਸਾਡੇ ਅਸੀਂ ਇਸ ਤੋਂ ਪਹਿਲੀ ਠੇਕੇ 'ਤੇ ਲਈ ਹੋਈ ਆ, 3 ਸਾਲ ਦਾ ਠੇਕਾ ਅਸੀਂ ਇਹਨੂੰ ਪਹਿਲਾਂ ਦੇ ਰਹੇ ਹਾਂ। ਯਾਰ ਇੱਕ ਚੀਜ਼ ਨਹੀਂ ਸਮਝ 'ਚ ਆਉਂਦੀ, ਇਹੋ ਜਿਹਾ ਕਿਹੜਾ ਐਗਰੀਕਲਚਰਿਸਟ ਹੈਗਾ ਜਿਹੜਾ ਆਪਾਂ ਨੂੰ 3 ਸਾਲ ਦਾ ਠੇਕਾ ਪਹਿਲਾਂ ਦੇ ਰਿਹਾ। ਠੇਕਾ ਹਮੇਸ਼ਾ ਹਾਫ ਈਅਰਲੀ ਜਾਂ ਈਅਰਲੀ ਦਿੱਤਾ ਜਾਂਦਾ, ਚਲੋ ਕਈ ਵਾਰ ਹੁੰਦਾ ਕਿ ਠੀਕ ਆ ਅਗਰ ਕਿਸੇ ਨੇ ਥੋੜ੍ਹੀ ਪੈਲੀ ਠੇਕੇ 'ਤੇ ਲਈ ਆ, ਜਿਵੇਂ 2-2.5 ਕਿੱਲੇ ਦੀ ਗੱਲ ਕਰ ਲਈਏ, ਅਗਰ ਆਪਾਂ 60 ਹਜ਼ਾਰ ਨੂੰ 20 ਠੇਕੇ 'ਤੇ ਪੈਲੀ ਲੱਗਦੀ ਆ ਜੀ, ਠੀਕ ਹੈ, ਅਤੇ ਆਪਣਾ
कि फाइल लगाउण तो अगर आप पहलां दी गल कर लिए तो अकाउंट दे विच सिर्फ 1.5 लाख रुपए का जिहड़ा अकाउंट का फ्लो सीगा पैसे का फ्लो सीगा उस तो बाद तुसी अपना लाइक तुसी अपना जो तुहाडियां दो एंट्रियां वजियां होईयां एक 5 लाख की एंट्री एक 2.5 लाख की एंट्री आ वीज़ा ऑफिसर कह रहा कि आई एम नॉट सैटिस्फाइड कि यह पैसा तुहाडा है तो इट विल बी रेडली अवेलेबल फॉर यू कि तुसी सिर्फ इहनू अपने अकाउंट का फ्लो वधाउण वास्ते जां अपने अकाउंट दे विच शो करन वास्ते जिहड़े हैगे शो कीते गए ने तुहाडे हुण दूसरे पासे आपां गल कर लईए ब्रदर दे नाम ते आ 2.5 किले पैली उहदे नाम ते आ ठीक है जी बिजनेस उह अपना करदा एक अच्छा बिजनेस आ उहदा ठीक है स्मॉल स्केल बिजनेस आ अच्छा बिजनेस आ शॉप उहदी अपनी आ सी एयरपोर्ट की गल कर ली है जी उहदी 2.5 किले पैली उहदी सी एयरपोर्ट नाल लगाई गई जी अगर आप देखिए तो उहदी अच्छी एक सी एयरपोर्ट एक अच्छी प्रोफाइल बनती है विदाउट पेरेंट्स सपोर्ट ठीक है फिर भी जी उहदे कंसल्टेंट ने 3 किले पैली उहदे फादर दे नाम ते सी उह भी उहदी वैल्यूएशन उह भी सी एयरपोर्ट उस दे एप्लीकेंट दी सी एयरपोर्ट दे विच पा के एक सपोर्ट एफीडेविट लगा दिता गया जी कि मैं सारा कुछ सपोर्ट करता है बट गल कर लीए मैरिज की तो उस वीर ने अपनी वाइफ नूं आफ्टर मैरिज भेजा लाइक आयल्स तक उन्होंने अपनी मैरिज तो बाद करवाई दैट मीनस उनकी जेन्युइन मैरिज सी मैरिड करके उन्होंने फाइल लगाई बट एक अच्छे चंगे भले केस नूं जिहड़े एक फंड आपां गल कर लैंदे ना कि बहुत सारे कह दिंदे कि तुसीं 10 लाख रुपया शो करवा लो असीं आएं कर लाँगे जी तुसीं 5 लाख रुपया सीधा पवा लो 6 सीधा पवा लो तो यहो जी एंट्रीज जिहड़ियां हुंदियां लै के बैठ जांदियां ने तो वीर कहिंदा कि मैनू एडिशनल डॉक्यूमेंट की मेरे तो डिमांड की गई कि तुसी मैनू यह दसो कि तुहाडा जिहड़ा हैगा एग्रीमेंट तुहाडा जिहड़ा हैगा बनया हैगा सानू दिखाओ ठीक है सानू उसका एग्रीमेंट जां तुहाडा जिहड़ी तुहानू यह लाइक तुहाडा पैसा लै रहे हो तुसी 3 साल का एग्रीमेंट तुहाडा कित्थे होया ते बैक डेट दे विच आपां गल कर लईए कचहरियां दा एग्रीमेंट ठीक है बैक डेट दे विच प्रिंट तां करवा सकदे आ बट अस्टाम बैक डेट दे विच बहुत औखा हुंदा मिलना ठीक है वह चीज़ फेक होगी वह भी कंसल्टेंट ने उन्होंने कहना कि तोड़ मरोड़ के जोड़ा है मेरा करवा लिया बट एक झूठ मारिया हुआ यार एक झूठ को साबित करने वास्ते बाद 100 झूठ जोड़े होंगे मारने पैंदे आ हुण गल इत्थे कित्थे आके खड़ जाती है नैगेटिविटी ते कि वह वीर भी कहिंदा कि भाजी की कहिंदा मैनू पहला इस चीज़ की नैगेटिविटी सी कि लोगों को साल हो गया फाइल लाई नूं केस वीर ने लॉन्च किया अपना जैन 2021 दे विच ठीक है जी वह कहना कि मेरी वाइफ दसंबर दे विच गए सीगे जैन इनटेक उन्हां दा सीगा दसंबर दे विच लाइक उन्होंने असीं मतलब कर करा के उन्होंने भेजता ठीक है नाल दी नाल ही कहना मैं अपनी फाइल जिहड़ी हैगी लगा दित्ती गई बट वह कहना मैंने नैगेटिविटी सी गल उही हुंदी है जी कि समा दिंदे आ ना समा पाउणे आ किसी चीज़ दे विच तां नैगेटिविटी जिहड़ी हुंदी है नीचे बैठ जाती है तो पॉजिटिविटी नैगेटिविटी के उपर भी हावी हो जाती है दैट मीनस क्या कि पॉजिटिव हमेशा तुहानू कोई भी काम करदे हो ना तो उस चीज़ नूं पॉजिटिव तरीके नाल देखिया करो यार कि सब लोग यह सोचते हैं फाइल लगाउण वाला भी यह सोचता है एप्लीकेंट नूं भी यह हुंदा कि मैं अपनी फाइल लगाती वीज़ा तो मेरा आ ही जाना बट यह चीज़ देखिया करो फाइल लगाती वीज़ा आ जाना वह बहुत चंगी गल आ एक साइड रहेगी बाय चांस तुहानू एडिशनल डॉक्यूमेंट की डिमांड कर लीती जाती है या तुहानू इंटरव्यू रिकमेंड कर दिता जाता पहला भी आप वीडियो इस चीज़ पर बना चुके हैं एक बार क्योंकि केस सीगा एक अलग तरीके का हैगा तां करके मैं लगा कि यह वीडियो के जरूर तुहाडे नाल जिहड़ी हैगी शेयर कर देनी चाहिए आ क्योंकि इहो जिहियां चीज़ां जिहड़ियां हुंदियां जिहड़े नवे एप्लीकेंट हैगे ने ना जिन्हां ने फाइल्स लगाउणियां क्योंकि अजकल की हो रहा कि बहुत सारे वीर हैगे आ जिन्हां दे वाइफ जिहड़े हैगे हुण सितंबर इनटेक वास्ते गए ने ठीक है जी हुण लाइक पहला सेमेस्टर उन्हां दा सितंबर इनटेक आ उन्हां दा जिहड़े गए ने तां बहुत सारे हैगे वीर कह आके कह दिंदे कि भाजी असीं बहुत सारे दिन कंसल्ट कीता कहिंदे कोई गल नहीं महीना होया तुहाडी वाइफ नूं गया नूं 2 महीने 20 दिन असीं फाइल तैयार करन ते लै आणे आ 1.5 महीना हो जूगा आ 1.5 महीना 1.5-2 महीने हो जाणगे बस तुहाडी फाइल ला दिंदे आ पर गल करके दूजे पासे देख लिए तो कहिंदे वीर जी कि फंड साडे कोल जिहड़े हुंदे आ किसे दे अकाउंट 'च 1 लाख रुपया पिया जी किसे दे 1.5 पिया कोई गल नहीं फिर की हो गया तुसीं अपने डैडी तो ट्रांसफर करवाओ ठेके वालों तो ले लो जे फार्म इन्ने दे कटवा लो हुण 2 किले पैली हुंदी है जी उहदे 7-7 लाख दे जे फार्म थोड़ी बनदे हुंदे ने उदां करके पैसे का फ्लो वधा के जी इन्हां नूं इन्ना टाइम तुसीं पुराने करन दी लोड़ नहीं हैगी नाल दी नाल ला दो कोई गल नहीं थोड़ी कहड़ा फाइल 2 महीने पिक होणी आ आप ही पुराने हो जाणगे जां तां इक इह चीज़ चल रही है या दूसरा कह देंगे तुम कोई गल नहीं हूँ पैसे पवा लो सीधे पैसे अपने अकाउंट पवा लो 3 महीने पुराने हो जाएंगे जनवरी थोड़ी फाइल ला देंगे उस कितना कितने जी हूँ चीज़ तुम्हें लैके बैठ जाती है वीज़ा ऑफिसर के माइंड के चीज़ होंगी कि उन्होंने अपने पैसे तक कोई मतलब नहीं हूँ कि यह पैसा कमा या क्यों कमा वीज़ा ऑफिसर के माइंड के चीज़ होंगी उन्होंने अपनी इंप्लॉयमेंट सैट चाहिए है दैट मीनस कि अगर आप कमा अच्छे तरीके रहे हैं ना दैट मीनस कि अगर आप कमा वधिया पे हाँ तो आप अपनी होम कंट्री के स्टेबल है सो आप कैनेडा वास्ते एक स्टेबिलिटी अपनी बनी बनाई स्टेबिलिटी आप छड़ के नहीं जावे तो जो आप वापस आवेंगे उस चीज़ से आप सिर्फ एक इन्नी चीज़ जी होंगी शो करनी होंगी वो सो किसी के भी पिछले ला के इदा मेरे वीर कि अपने इकट्ठे पैसे ना पवाया करो सब तो पहले उस चीज़ को चंगी तरह कंसल्ट करो ठीक है जी और सब तो वड्डी गल हुंदी अगर फाइल थोड़ी अगर हाँ सम अपने कोल अगे तुहाडी वाइफ दे स्टडी दा टाइम घट है फिर उस चीज़ ते कितना कितने कॉम्प्रोमाइज़ करना पैंदा बट अगर तुहाडी वाइफ हजे सितंबर इनटेक गए ने उन्हां कोल हजे टाइम पिया हैगा
ਤਾਂ ਥੋੜ੍ਹਾ ਜਿਹਾ ਟਾਈਮ ਤੁਹਾਡੀ ਫਾਈਲ 'ਤੇ ਲੱਗਦਾ ਤਾਂ ਕੋਈ ਉਸ ਚੀਜ਼ ਦੀ ਦਿੱਕਤ ਨਹੀਂ ਹੁੰਦੀ। ਆਪਣੀ ਫਾਈਲ ਨੂੰ ਪ੍ਰੋਪਰ ਤਰੀਕੇ ਨਾਲ ਤਿਆਰ ਕਰਾ ਕੇ ਆਪਣੀ ਤਸੱਲੀ ਕਰਿਆ ਕਰੋ, ਸਭ ਕੁਛ ਕਰਕੇ ਫਿਰ ਆਪਣੀ ਫਾਈਲ ਨੂੰ ਜਿਹੜਾ ਹੁੰਦਾ ਆਪਣੇ ਕੰਸਲਟੈਂਟ ਤੋਂ ਲੌਜ ਕਰਵਾਇਆ ਕਰੋ। ਸੋ ਤੁਸੀਂ ਆਪਣੀ ਕੈਨੇਡਾ ਸਪਾਊਸ ਓਪਨ ਪਰਮਿਟ ਦੀ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜੀ, ਆਪਣੀ ਫਾਈਲ ਲੌਜ ਕਰਵਾਉਣਾ ਚਾਹੁੰਦੇ ਹੋ, ਤੁਹਾਡੀ ਰਿਫਿਊਜ਼ਲ ਹੈ ਕੈਨੇਡਾ ਸਟੱਡੀ ਵੀਜ਼ਾ ਦੀ ਰਿਫਿਊਜ਼ਲ ਹੋਵੇ, ਚਾਹੇ ਵਿਜ਼ਟਰ ਵੀਜ਼ਾ ਦੀ ਹੋਵੇ, ਚਾਹੇ ਤੁਹਾਡੀ ਸਪਾਊਸ ਓਪਨ ਵਰਕ ਪਰਮਿਟ ਦੀ ਰਿਫਿਊਜ਼ਲ ਹੋਵੇ, ਤੁਸੀਂ ਸਾਨੂੰ ਮਿਲ ਸਕਦੇ ਹੋ। ਸਾਡਾ ਹੈੱਡ ਆਫਿਸ ਹੈ ਜੀ ਗਲੋਬਲ ਅਸੈਸ ਵੀਜ਼ਾ ਐਂਡ ਇਮੀਗ੍ਰੇਸ਼ਨ, ਨੇੜੇ ਕੋਟਕਪੁਰਾ ਡੇਨਗਾ ਸਰਵਿਸ, ਜੱਤੋ ਰੋਡ ਕੋਟਕਪੁਰਾ ਡਿਸਟ੍ਰਿਕਟ ਫਰੀਦਕੋਟ। ਕੰਟੈਕਟ ਨੰਬਰ ਹੈ ਜੀ 7707850037 7070305037। ਐਂਡ ਲਾਸਟ ਤੁਹਾਨੂੰ ਇੱਕ ਹੀ ਗੱਲ ਕਹਿਣੀ ਹੈ ਕਿ ਯਾਰ ਅਰਦਾਸ ਕਰਿਆ ਕਰੋ, ਹੈ ਨਾ, ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਆ। ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ, ਜਿਨ੍ਹਾਂ ਨੇ ਫਾਈਲ ਲਗਾਉਣੀ ਆ ਉਹ ਵੀ ਅਰਦਾਸ ਕਰਿਆ ਕਰੋ ਕਿ ਯਾਰ ਜਿਨ੍ਹਾਂ ਦੀਆਂ ਲੱਗੀਆਂ ਹੋਈਆਂ ਉਹ ਵੀ ਆਪਣੀ ਫੈਮਿਲੀ ਨਾਲ ਸੈੱਟ ਹੋਣ ਜਾ ਕੇ, ਆਪਣੇ ਪਰਿਵਾਰ ਨੂੰ ਮਿਲਣ ਜਾ ਕੇ, ਕਿਉਂਕਿ ਇਨਵੈਸਟਮੈਂਟ ਬਹੁਤ ਜ਼ਿਆਦਾ ਕੀਤੀ ਹੁੰਦੀ ਆ, ਕਿਸੇ ਨੇ ਵਿਆਜੂ ਚੱਕ ਕੇ ਕਰਾਏ ਹੋਏ ਨੇ, ਕਿਸੇ ਨੇ ਕੋਈ ਚੀਜ਼ ਵੇਚ ਕੇ ਕਰਾਈ ਹੋਈ ਆ। ਸੋ ਇੱਕ ਵਾਰ ਬੈਲੈਂਸ ਜਿਹੜਾ ਹੈਗਾ ਹਿੱਲਿਆ ਹੁੰਦਾ, ਸਭ ਨੂੰ ਉਮੀਦ ਹੁੰਦੀ ਆ। ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦੇ ਵੀਜ਼ਾਸ ਜਿਹੜੇ ਹੈਗੇ ਆ ਪੋਜ਼ਿਟਿਵ ਆਉਣ, ਔਰ ਆਪਣੇ ਸਪਾਊਸ ਕੋਲ ਜਾਣ, ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਔਰ ਖੁਸ਼ ਰਹਿਣ। ਧੰਨਵਾਦ।